ਕੁਝ ਦਿਨ ਪਹਿਲਾਂ ਮਰਾਸੀ ਭਾਈਚਾਰੇ ਨੇ ਪੰਜਾਬ ਦੇ ਪ੍ਰਸਿੱਧ ਗਾਇਕ ਬੱਬੂ ਮਾਨ ਉੱਤੇ ਉਹਨਾਂ ਦੀਆਂ ਔਰਤਾਂ ਖਿਲਾਫ ਮਾੜੀ ਸ਼ਬਦਾਵਲੀ ਵਰਤਣ ਦੇ ਇਲਜ਼ਾਮ ਲਗਾਏ ਸੀ ਤੇ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨਾਮੀ ਬੱਬੂ ਮਾਨ ਦੇ ਕੱਟੜ ਫੈਨ ਨੇ ਇੱਕ ਵਾਰ ਫਿਰ ਤੋਂ ਮਰਾਸੀ ਭਾਈਚਾਰੇ ਦੀਆਂ ਔਰਤਾਂ ਖਿਲਾਫ ਗੰਦੀ ਸ਼ਬਦਾਵਲੀ ਵਰਤੀ ਹੈ, ਜਿਸ ਦੇ ਚੱਲਦਿਆਂ ਮਰਾਸੀ ਭਾਈਚਾਰੇ ਦੇ ਲੋਕਾਂ ਨੇ ਬਠਿੰਡਾ ਦੇ SSP ਨਾਨਕ ਸਿੰਘ ਨੂੰ ਮੰਗ ਪੱਤਰ ਦਿੱਤਾ ਹੈ ਤੇ ਬੱਬੂ ਮਾਨ ਤੇ ਉਸ ਦੇ ਫੈਨ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਉੱਤੇ ਪੰਜਾਬੀ ਗਾਇਕ ਬੱਬੂ ਮਾਨ ਤੇ ਉਸਦੇ ਸਾਥੀਆਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਕੀ ਨਾਮ ਹੈ ਵੀਰੇ ਆਪਣਾ ਤੇ ਅੱਜ ਆਪਾਂ ਇਹ ਮੰਗ ਪੱਤਰ ਕਿਸ ਮਕਸਦ ਨਾਲ ਦੇਣ ਆਏ SSP? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਇਕਬਾਲ ਖਾਨ ਹੈ ਜੀ। ਐਕਚੁਅਲੀ 7 ਤਰੀਕ ਨੂੰ ਅਸੀਂ ਇੱਕ ਦਰਖਾਸਤ ਦਿੱਤੀ ਸੀ ਜੀ ਬੱਬੂ ਮਾਨ ਦੇ ਖਿਲਾਫ਼। ਉਹਨਾਂ ਨੇ ਸਾਡੀ ਬਰਾਦਰੀ ਦੀਆਂ ਧੀਆਂ ਭੈਣਾਂ ਵਾਸਤੇ ਬਹੁਤ ਹੀ ਮਾੜੀ ਸ਼ਬਦਾਵਲੀ ਯੂਜ਼ ਕੀਤੀ ਸੀਗੀ। ਔਰ ਉਸ ਤੋਂ ਬਾਅਦ ਜੀ ਇੱਕ ਹੋਰ ਕੋਈ ਬੱਬੂ ਮਾਨ ਦਾ ਫੈਨ ਆ ਜਿਨ੍ਹਾਂ ਦਾ ਨਾਮ ਪ੍ਰਧਾਨ ਮੰਤਰੀ ਹੈ, ਕੋਈ ਟਿਕਟੌਕ 'ਤੇ ਉਹਨਾਂ ਦਾ ਮਤਲਬ ਅਕਾਊਂਟ ਬਣਿਆ ਹੋਇਆ, ਉਹਨਾਂ ਨੇ ਵੀ ਜੀ ਬਹੁਤ ਹੀ ਜ਼ਿਆਦਾ ਮਾੜੀ ਸ਼ਬਦਾਵਲੀ ਯੂਜ਼ ਕੀਤੀ ਹੈ, ਜੋ ਕੁੜੀਆਂ ਵਾਸਤੇ ਡਾਇਰੈਕਟਲੀ ਸਾਡੀਆਂ ਮਤਲਬ ਭੈਣਾਂ ਧੀਆਂ 'ਤੇ ਅਟੈਕ ਕੀਤਾ ਉਸ ਬੰਦੇ ਨੇ। ਉਸੇ ਅਕੋਰਡਿੰਗ ਉਸੇ ਦੇ ਰਿਗਾਰਡਿੰਗ ਅਸੀਂ ਅੱਜ SSP ਸਾਹਿਬ ਨੂੰ FIR ਦਰਜ ਕਰਵਾਈ ਹੈ ਜੀ, ਉਹਨਾਂ ਨੂੰ ਦਰਖਾਸਤ ਦਿੱਤੀ ਹੈ। ਅਗਰ ਤੁਹਾਡੀ ਦਰਖਾਸਤ ਉੱਤੇ ਕਾਰਵਾਈ ਨਹੀਂ ਹੁੰਦੀ ਤੁਹਾਡਾ ਅਗਲਾ ਐਕਸ਼ਨ ਕੀ ਹੋਵੇਗਾ? ਸਰ ਦੇਖੋ, ਪਹਿਲੇ ਤਾਂ ਮਾਨਯੋਗ SSP ਸਾਹਿਬ ਅਤੇ ਸਾਨੂੰ ਮਾਣ ਆ, ਸਾਡੇ ਅਸੀਂ ਏਰੀਏ ਦੇ ਬਠਿੰਡੇ ਦੇ ਹਾਂ ਤਾਂ ਉਹ ਸਾਡੀ ਗੱਲ ਜ਼ਰੂਰ ਸੁਣਨਗੇ। ਜੇ ਨਹੀਂ ਸੁਣੀ ਜਾਂਦੀ ਤਾਂ ਫਿਰ ਜੋ ਬਜ਼ੁਰਗ ਸਾਡੇ ਵੱਡੇ ਬੈਠੇ ਆ ਜੋ ਵੀ ਉਹ ਕਰਨਗੇ, ਅੱਗੇ ਦੀ ਕਾਰਵਾਈ ਉਹਨਾਂ ਦੇ ਅਕੋਰਡਿੰਗ ਹੀ ਹੋਏਗੀ ਜੀ ਸਾਰੀ। ਜਿਸ ਵਿੱਚ ਬੱਬੂ ਮਾਨ ਵੱਲੋਂ ਮਰਾਸੀ ਭਾਈਚਾਰੇ ਦੀਆਂ ਔਰਤਾਂ ਸੰਬੰਧੀ ਇੱਕ ਝੂਠੀ ਤੇ ਮਨ ਘੜਤ ਕਹਾਣੀ ਸੁਣਾਈ ਗਈ, ਜਿਸ ਵਿੱਚ ਭਾਈਚਾਰੇ ਦੀਆਂ ਔਰਤਾਂ ਦੇ ਚਰਿੱਤਰ ਤੇ ਉਂਗਲੀ ਚੁੱਕੀ ਗਈ ਹੈ। ਬਿਊਰੋ ਰਿਪੋਰਟ, ਰੰਗਲਾ TV।